ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ ਆ, ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਖੇਡ ਰਹੇ ਹਾਂ ਆਪਾਂ ਫਾਰਮਿੰਗ ਸਿਮੂਲੇਟਰ, ਤੇ ਮਿੱਤਰੋ ਇਹ ਗੇਮ ਦਾ ਨਾਮ ਆ ਵਾਰੀ ਵਾਰੀ ਨਾ ਪੁੱਛਿਆ ਕਰੋ ਕਮੈਂਟਾਂ ਦੇ ਵਿੱਚ। ਸੋ ਮਿੱਤਰੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਸੀ ਮਿੱਤਰੋ ਆਹ ਮਹਿੰਦਰਾ 575 DI, ਤੇ ਅੱਜ ਮਿੱਤਰੋ ਕੀ ਕਰਨਾ, ਅੱਜ ਆਪਾਂ ਨੂੰ ਫੋਨ ਆਇਆ ਕਿ ਸਾਰੇ ਟਰੈਕਟਰ ਲੈ ਕੇ ਪਹੁੰਚੋ ਮਿੱਤਰੋ ਧਰਨੇ ਤੇ। ਸੋ ਮਿੱਤਰੋ ਜੋ 21 ਨੂੰ ਹੋਇਆ ਵਾ ਉਹ ਬਹੁਤ ਹੀ ਦਰਦਨਾਕ ਸੀ, ਠੀਕ ਆ, ਸੀਰੀਅਸਲੀ ਬਾਈ ਬਹੁਤ ਭੈੜਾ ਕੰਮ ਹੋਇਆ ਵਾ ਸਾਰੇ ਕਿਸਾਨਾਂ ਨਾਲ। ਉਸ ਕਰਕੇ ਮਿੱਤਰੋ ਬਹੁਤ ਜਣਿਆਂ ਦਾ ਹੌਸਲਾ ਟੁੱਟ ਗਿਆ, ਕਿਉਂਕਿ ਮੈਨੂੰ ਵੀ ਪਤਾ ਵਾ ਖਨੌਰੀ ਬਾਰਡਰ ਤੇ ਪਹਿਲਾਂ ਬਹੁਤ ਕੱਟ ਸੀ ਤੇ ਉਹ ਅੱਧ ਰਹਿ ਗਿਆ, ਅੱਧ ਤੋਂ ਵੀ ਘੱਟ ਗਿਆ। ਸੋ ਬਹੁਤ ਜ਼ਿਆਦਾ ਮਿੱਤਰੋ ਮਨੋਬਲ ਆ ਜਿਹੜਾ ਟੁੱਟ ਗਿਆ ਸੀ। ਸੋ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਜਿਹੜੇ ਵੀ ਬੰਦੇ ਪਹਿਲਾਂ ਗਏ ਸੀ ਯਾਰ ਦੁਬਾਰਾ ਫਿਰ ਜਾਓ, ਤੇ ਸਗੋਂ ਇੱਕ ਕਹਿ ਕੀ ਬੰਦਾ ਨਾਲ ਹੋਰ ਲੈ ਕੇ ਆਓ। ਲੱਕੀ ਵੀ ਚੜ ਗਿਆ, ਲੱਕੀ ਕਿਹੜਾ ਆ ਗਿਆ ਸੀ, ਲੱਕੀ ਫਿਰ ਚੱਲ ਗਿਆ ਵਾ। ਤੇ ਜੇ ਕਿਸੇ ਨੂੰ ਨਹੀਂ ਪਤਾ ਕਿ ਆਪਾਂ ਧਰਨੇ ਕਿਉਂ ਲਾ ਰਹੇ ਹਾਂ, ਕਿਸਾਨ ਬੰਦੇ ਧਰਨਾ ਕਿਉਂ ਲਾ ਰਹੇ ਆ, ਬਾਈ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇੱਕ ਵੀਡੀਓ ਦਾ ਲਿੰਕ ਦਊਂਗਾ, ਜਾ ਕੇ ਜ਼ਰੂਰ ਦੇਖੋ, ਤੁਹਾਨੂੰ ਪਤਾ ਲੱਗ ਜੂਗਾ। ਤੇ ਹੁਣ ਚੱਲਦੇ ਹਾਂ ਵੀਡੀਓ ਬੰਨੀ, ਤੇ ਆਪਾਂ ਮਿੱਤਰੋ ਟਰੈਕਟਰ ਸਾਰੇ ਹੀ ਲੈ ਕੇ ਜਾਣੇ ਆ, ਕੁਝ ਤਾਂ ਆਪਣੇ ਟਰੈਕਟਰ ਬੰਦੇ ਲੈ ਜਾਣਗੇ, ਤੇ ਐਂ ਕਰਦੇ ਹਾਂ ਆਪਾਂ ਆਹ ਲੈ ਕੇ ਚੱਲਦੇ ਹਾਂ ਡਾਇਨਾਸੌਰ। ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਡਾਇਨਾਸੌਰ ਲੈ ਕੇ ਚੱਲਦੇ ਹਾਂ, ਡਾਇਨਾਸੌਰ ਮੂਹਰੇ ਕਿਸਾਨੀ ਵਾਲਾ ਝੰਡਾ ਲਾ ਦਈਏ ਮਿੱਤਰੋ। ਸੋ ਆਹ ਭਾਈ ਮਿੱਤਰੋ ਕਿਸਾਨੀ ਵਾਲੇ ਝੰਡੇ, ਕਿਆ ਬਾਤ ਹੈ, ਕਿਆ ਬਾਤ ਹੈ, ਨੋ ਫਾਰਮਰ ਨੋ ਫੂਡ, ਤੇ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਅਤੇ ਮਜ਼ਦੂਰ ਏਕਤਾ ਜਿੰਦਾਬਾਦ। ਲਓ ਵੀ ਮਿੱਤਰੋ ਲਿਆਉਂਦੇ ਹਾਂ ਡਾਇਨਾਸੌਰ ਇੱਥੇ, ਤੇ ਇਹਨਾਂ ਨੂੰ ਕਰੀਏ ਮੂਹਰੇ ਫਿੱਟ, ਤੇ ਤੋਰਦੇ ਆ ਟਰੈਕਟਰ ਮਿੱਤਰੋ ਇੱਥੋਂ, ਤੇ ਉਦੋਂ ਬਾਅਦ ਦੇਖਦੇ ਕੀ ਕਰਨਾ। ਵੈਸੇ ਤਾਂ ਆਪਣੀ ਮਿੱਤਰੋ ਪੈਲੀ ਵਾਹੁਣ ਵਾਲੀ ਪਈ ਸੀਗੀ, ਥੋੜ੍ਹਾ ਹੀ ਕੰਮ ਆਪਾਂ ਕੀਤਾ ਵਾ, ਤੇ ਕੋਈ ਨਾ ਆਪਾਂ ਮਗਰ ਬੰਦਿਆਂ ਨੂੰ ਫੋਨ ਕਰ ਦਾਂਗੇ ਕਿ ਬਈ ਆਹ ਕੰਮ ਕਰਾ ਦਿਓ, ਆਪਾਂ ਉੱਥੇ ਕਿਹੜਾ ਪਹੁੰਚਦੇ ਹਾਂ, ਹੈਗੇ ਨਹੀਂ, ਉੱਥੇ ਜਾ ਕੇ ਦੇਖਦੇ ਹਾਂ ਮਿੱਤਰੋ। ਬੰਦੇ ਬਹੁਤ ਆਏ ਹੋਣਗੇ, ਸਾਰੇ ਦੇਸ਼ ਦੇ ਕਿਸਾਨ ਆ ਰਹੇ ਆ, ਤੇ ਆਪਾਂ ਕਿਉਂ ਪਿੱਛੇ ਰਹੀਏ। ਆਹ ਚੱਕੋ ਬਾਈ, ਕਰਦੇ ਫਿੱਟ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਦੇਖੋ ਮਿੱਤਰੋ ਘੈਂਟ ਲੱਗਦਾ ਪਹਿਲਾਂ ਡਾਇਨਾਸੌਰ। ਹੁਣ ਆਪਾਂ ਚੱਲਦੇ ਹਾਂ, ਤੇ ਇੱਕ ਆਪਾਂ ਸੰਗਲ ਪਾਲ ਗਏ ਮਗਰ, ਕਿਉਂਕਿ ਸੰਗਲ ਦੀ ਲੋੜ ਪੈ ਸਕਦੀ ਹੈ ਮਿੱਤਰੋ, ਬੈਰੀਗੇਡ ਪੱਟਣੇ ਪੈਂਦੇ ਹੈ, ਇਸ ਨੂੰ ਨਹੀਂ ਪਤਾ ਹੈਗਾ, ਬਹੁਤ ਔਖਾ ਕੰਮ ਹੈ। ਲਓ ਵੀ ਮਿੱਤਰੋ ਸੰਗਲ ਵੀ ਟਾਂਗ ਲਿਆ, ਤੇ ਹੁਣ ਖਿੱਚ ਦਈਏ ਟਰੈਕਟਰ ਨੂੰ ਮਿੱਤਰੋ। 21 ਤਰੀਕ ਨੂੰ ਜਿਹੜਾ ਖਨੌਰੀ ਬਾਰਡਰ ਤੇ ਹੋਇਆ ਨਾ ਮਿੱਤਰੋ, ਇੱਕ ਆਪਣਾ ਵੀਰ ਸ਼ਹੀਦ ਹੋਇਆ ਸ਼ੁਭਕਰਨ, ਤੇ ਬਹੁਤ ਜ਼ਿਆਦਾ ਟਰੈਕਟਰ ਤੇ ਹੋਰ ਵਹੀਕਲਾਂ ਨੂੰ ਤੋੜਿਆ ਗਿਆ, ਕਈਆਂ ਨੂੰ ਬੋਰੀ 'ਚ ਪਾ ਕੇ ਲੈ ਗਿਆ ਇੱਕ ਬਾਈ ਨੂੰ, ਤੇ ਹੋਰ ਵੀ ਬਥੇਰਾ ਕੁਛ ਹੋਇਆ। ਆਪਣਾ ਟਰੈਕਟਰ ਵੀ ਉੱਥੇ ਸੀ, ਆਪਣੇ ਟਰੈਕਟਰ ਦਾ ਤਾਂ ਬੜਾ ਨੁਕਸਾਨ ਨਹੀਂ ਹੋਇਆ ਹੈਗਾ, ਤੇ ਫਿਰ ਵੀ ਦੇਖਿਆ ਜਾਵੇ ਮਿੱਤਰੋ ਜੋ ਵੀ ਹੋਇਆ ਉਹ ਠੀਕ ਹੈ, ਪਹਿਲਾਂ ਤਾਂ ਕਾਨੂੰਨ ਦੇ ਵਿਰੁੱਧ ਹੈ ਸਾਰਾ ਕੁਛ ਹੀ ਯਾਰ, ਜਿੰਨਾ ਕੁਛ ਵੀ ਉੱਥੇ ਹੋਇਆ ਸਾਰਾ ਕੁਛ ਹੀ ਬਈ ਗੈਰ ਕਾਨੂੰਨੀ ਸੀਗਾ, ਤੇ ਜੋ ਵੀ ਕੀਤਾ ਗਿਆ ਕੋਈ ਨਹੀਂ ਸੁਣਦਾ ਪਿਆ, ਤੇ ਨਾ ਹੀ ਟੀਵੀ ਤੇ ਦਿਖਾਉਂਦੇ ਪਏ ਆ। ਸੋ ਟੀਵੀ ਤੇ ਨਹੀਂ ਦਿਖਾ ਰਹੇ, ਹਰੇਕ ਮਾਧਿਅਮ ਨਾਲ ਆਪਾਂ ਚਾਹੁੰਦੇ ਹਾਂ ਕਿ ਬੰਦਿਆਂ ਤੱਕ ਗੱਲ ਪਹੁੰਚੇ। ਸੋ ਜਿੰਨੇ ਵੀ ਬੰਦਿਆਂ ਤੱਕ ਆਪਾਂ ਗੱਲ ਪਹੁੰਚਾ ਸਕਦੇ ਹਾਂ ਪਹੁੰਚਾਈਏ, ਕਿਉਂਕਿ ਲੱਕੀ ਦਾ ਚੈਨਲ ਤੇ ਇੰਸਟਾਗ੍ਰਾਮ ਤਾਂ ਮਿੱਤਰੋ ਇੰਡੀਆ ਦੇ ਵਿੱਚ ਬੈਨ ਕਰਤਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਕਿਉਂਕਿ ਉਹ ਵੀਡੀਓ ਵਾਡੀਓ ਪਾਉਂਦਾ ਸੀਗੀਆਂ ਉੱਥੋਂ ਦੀਆਂ, ਵੀਡੀਓ ਵਾਡੀਓ ਪਾਉਂਦਾ ਹੀ ਤਾਂ ਕਰਕੇ। ਸੋ ਮੇਰਾ ਆਪਣਾ ਹੁਣ ਇਹ ਗੇਮਿੰਗ ਚੈਨਲ ਆ, ਸੋ ਇਸ ਤੇ ਆਪਾਂ ਜ਼ਿਆਦਾ ਕੁਛ ਨਹੀਂ ਪਾ ਸਕਦੇ। ਸੋ ਗੇਮ ਦੇ ਥਰੂ ਆਪਾਂ ਦੱਸ ਸਕਦੇ ਹਾਂ, ਪਹਿਲਾਂ ਇਹਦੀ ਜੀਟੀਏ ਦੀ ਵੀਡੀਓ ਦੇ ਵਿੱਚ ਲਾਸਟ ਦੇ ਵਿੱਚ ਮੈਂ ਵਾਧੂ ਸਾਰਾ ਦੱਸਿਆ, ਤੇ ਇਹਦੇ ਵਿੱਚ ਵੀ ਮੈਂ ਕਹਿੰਦਾ ਸਾਰਿਆਂ ਨੂੰ ਅਵੇਅਰਨੈਸ ਹੋ ਜੇ ਇੱਕ ਵਾਰੀ। ਤੇ ਇੱਕ ਮਿੱਤਰੋ ਅਸੀਂ ਬਹੁਤ ਟਾਈਮ ਪਹਿਲਾਂ ਇੱਕ ਚੈਨਲ ਬਣਾਇਆ ਸੀ, ਉਸ ਤੇ ਵੀ ਮੈਂ ਵੀਡੀਓ ਪਾਈ ਹੈ ਇੱਕ, ਜਿਹਦੇ ਤੇ ਪ੍ਰੋਪਰ ਤਰੀਕੇ ਨਾਲ ਦੱਸਿਆ ਵਾ ਕਿ ਬਈ ਕਿਉਂ ਪ੍ਰੋਟੈਸਟ ਕਰ ਰਹੇ ਆ, ਕੀ ਮੰਗਾਂ ਵਾ, ਤੇ ਉਹ ਤੁਸੀਂ ਵੀਡੀਓ ਜਾ ਕੇ ਜ਼ਰੂਰ ਦੇਖ ਲਓ ਜੇ ਤੁਹਾਨੂੰ ਹਜੇ ਤੱਕ ਨਹੀਂ ਪਤਾ ਲੱਗਿਆ। ਸੋ ਚੱਲਦੇ ਆ ਮਿੱਤਰੋ, ਮਾੜਾ ਸਪੀਡ ਨਾਲ ਜਾਣ ਦੇ, ਬਹੁਤ ਦੂਰ ਬਹੁਤ ਜਾਣਾ ਮਿੱਤਰੋ। ਲਓ ਵੀ ਮਿੱਤਰੋ ਇਲਾਕਾ ਜਿਹਾ ਬਦਲ ਗਿਆ, ਤੁਹਾਨੂੰ ਦੇਖਣ 'ਚ ਵੀ ਲੱਗਦਾ ਹੋਊਗਾ, ਤੇ ਆਪਾਂ ਪਹੁੰਚ ਗਏ ਆਲਮੋਸਟ। ਸੋ ਮਿੱਤਰੋ ਮੈਂ ਇੱਕ ਆਪਣੇ ਲਿਆ, ਜਿਹਨੂੰ ਕਹੀ ਮੈਂ ਕਿਹਾ JCB ਬਿਨਾਂ ਨਹੀਂ ਸਰਨਾ, ਕਹਿੰਦਾ ਬਈ ਕਿਹੜੇ ਵਹਿਮ 'ਚ ਫਿਰਦਾ, ਕਹਿੰਦਾ ਮੈਂ ਤਾਂ ਟਰੱਕ ਤੇ ਲੱਦ ਕੇ ਪਹਿਲਾਂ ਪਹੁੰਚ ਗਿਆ, ਕਹਿੰਦਾ ਟਰਾਲੀਆਂ ਟਰੂਲੀਆਂ, ਕਹਿੰਦਾ ਪਿੰਡੋ ਜਿੰਨੀਆਂ ਹੋ ਸਕਦੀਆਂ ਹੀ ਪਹੁੰਚ ਗਈਆਂ, ਕਹਿੰਦਾ ਆਸੇ ਪਾਸੇ ਪਿੰਡੋ ਤੇ ਹੋਰ ਸਟੇਟਾਂ 'ਚ ਵੀ ਬੰਦੇ ਆਏ ਆ। ਦੇਖੋ ਮਿੱਤਰੋ ਬੁੱਕਦਾ ਜਾਂਦਾ ਡਾਇਨਾਸੌਰ, ਤੇ ਹਜੇ ਹੋਰ ਟਰੈਕਟਰ ਮਗਰ ਆਈ ਜਾਂਦੇ ਆ, ਜਿਵੇਂ ਜਿਵੇਂ ਆਉਣਗੇ ਤੁਹਾਨੂੰ ਆਪਾਂ ਦਿਖਾ ਦਾਂਗੇ। ਤੇ ਮੈਂ ਕਹਿੰਦਾ ਆਪਾਂ ਪਿੱਛੇ ਹੀ ਰੋਕ ਲਈਏ ਬਾਈ, ਪਿੱਛੇ ਹੀ ਰੋਕ ਲਈਏ। ਆਹ ਦੇਖੋ ਮਿੱਤਰੋ ਲਾਈਨ ਲੱਗੀ ਪਈ ਆ ਟਰੈਕਟਰਾਂ ਦੀ, ਇਹ ਇੱਥੇ ਲਾ ਲਈਏ ਕਿ ਨਹੀਂ ਨਹੀਂ ਚਲੋ ਹੌਲੀ ਹੌਲੀ ਗਾਂ ਗਾਂ ਲੈ ਕੇ ਚੱਲਦੇ ਆ। ਇੱਕ ਟਰੈਕਟਰ ਪਿੱਛੇ ਦੋ ਦੋ ਟਰਾਲੀਆਂ ਪਾਈਆਂ, ਆਹ ਦੇਖੋ ਮਿੱਤਰੋ ਇੱਕ ਟਰੈਕਟਰ ਮਗਰ ਦੋ ਦੋ ਟਰਾਲੀਆਂ ਪਾਈਆਂ ਪਈਆਂ ਮਿੱਤਰੋ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਤੰਬੂ ਤੰਬੂ ਲਾ ਲਿਆਂਦੇ। ਆਹ ਤੇਰੀ ਅਰਜਨ ਆਪਣੇ ਵਾਲਾ ਵੀ ਪਹੁੰਚ ਗਿਆ ਮਿੱਤਰੋ, ਆਹ ਹਾਲੈਂਡ ਵੀ ਪਹੁੰਚਿਆ ਪਿਆ ਵਾ, ਆਹ ਦੇਖੋ ਬਾਈ ਮਹਿੰਦਰਾ ਵੀ ਫਿਰਦਾ ਬਾਈ, ਕਿਆ ਬਾਤ ਹੈ, ਉਹ ਮੋਡੀਫਾਈਡ ਕਿਸੇ ਨੇ ਖਰੀਦ ਲਿਆ ਮਿੱਤਰੋ, ਨਵਾਂ ਸਵਰਾਜ, ਕਿਆ ਬਾਤ ਹੈ ਮਿੱਤਰੋ। ਆਹ ਵੇਖੋ ਆਹ ਝੋਟੇ ਟਰੈਕਟਰ ਨਾ, 4x4 TM 150 ਬਾਈ, 150 HP ਦੇ ਆ ਜੌਂਡੀਅਰ ਖੜਾ ਮਿੱਤਰੋ, 4x4 ਹੀ ਇਹ ਲੱਗਦਾ ਬਾਈ, ਕਿਆ ਬਾਤ ਹੈ। ਫੋਰਡ ਵੀ ਮਿੱਤਰੋ ਆਪਣੇ ਵਾਲੇ ਨਾਲ ਦਾ,
ਓਏ ਹੋਏ 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 ਅਪ੍ਰੈਲ ਨੂੰ ਖੰਭੇ 'ਚ ਠੋਕਤੇ ਮੈਂ ਤੈਨੂੰ ਟਰੈਕਟਰ ਵੇਖਦੇ ਵੇਖਦੇ ਫਾਰਮ ਟਰੈਕ ਖੜਾ ਵਾ ਬਾਈ ਕਿਆ ਵਾ ਤਾਂ ਸਿਰਾ ਹੀ ਕਰਾਇਆ ਪਿਆ ਸਿਰਾ ਹੀ ਕਰਾਇਆ ਪਿਆ ਇੱਧਰ ਆ ਤੰਬੂ ਜਿਹਾ ਮੇਰੇ ਹਿਸਾਬ ਨਾਲ ਬਾਈ ਕੋਈ ਸੇਵਾ ਕਰਦਾ ਪਿਆ ਉੱਧਰ ਦੇਖੋ ਬਾਈ ਨੇ ਝੰਡੇ ਵੀ ਲਾਏ ਹੋਏ ਕਿਸਾਨੀ ਵਾਲੇ ਅਤੇ ਛਾਵੇਂ 'ਤੇ ਖੜਾ ਵੀ ਆਹ ਦੇਖੋ ਮਿੱਤਰੋ ਜੇ ਸੀ ਵੀ ਬਾਈ ਕਿਆ ਬਾਤ ਹੈ ਨਾਟ ਗਿਆਰਾਂ ਉਹ ਬੱਲੇ ਮੂਹਰੇ ਦਾ ਝੋਟਾ ਹੀ ਲਾਇਆ ਪਿਆ ਮਿੱਤਰੋ ਕਿਆ ਬਾਤ ਹੈ ਕਿਆ ਬਾਤ ਹੈ ਤੁਹਾਨੂੰ ਮੈਂ ਦਿਖਾਉਂਦਾ ਬਾਈ ਮੂਹਰੇ ਮੂਹਰੇ ਝੋਟਾ ਟਰੈਕਟਰ ਦੇਖੋ ਬਾਈ ਉਹ ਤੇਰੀ ਆਸ਼ਾ ਕਹਿੰਦੇ 244 ਕਹਿੰਦੇ ਇਹਨੂੰ ਬਾਈ ਕਿਆ ਬਾਤ ਹੈ ਪਲੜ ਪੁਲੜ ਪਾ ਕੇ ਜਮ੍ਹਾਂ ਟਰਾਲੀਆਂ ਉੱਕੇ ਕੀਤੀਆਂ ਕਹਿੰਦੇ ਮਹੀਨੇ ਦਾ ਅਰੇਂਜਮੈਂਟ ਰੱਖਣਾ ਹੋ ਜਾ ਸਟਾਰਟ ਹੋ ਜਾ ਬਾਈ ਉਹ ਬਾਈ ਸਟਾਰਟ ਹੀ ਨਹੀਂ ਹੁੰਦਾ ਇਹ ਹੋ ਗਿਆ ਹੋ ਚੱਲਿਆ ਬਾਈ ਕਿਉਂ ਦੇਖੋ ਫਿਰ ਆਵਾਜ਼ ਐ ਤੇਰੀ ਫਿਰ ਆ ਕਰਾਇਆ ਪਿਆ ਬਾਈ ਆਵਾਜ਼ ਵਾਲਾ ਤਾਂ ਕਿਆ ਬਾਤ ਹੈ ਇਹਨੂੰ ਬੰਦ ਕਰ ਦਈਏ ਬਾਈ ਓਹੋ ਆਹ ਦੇਖੋ ਮਿੱਤਰੋ 69 ਅਤੇ ਬਾਈ ਜੇ ਸੀ ਬੀ ਬਾਈ ਸਿਰਾ ਹੀ ਹੋਜੂ ਬਾਈ ਮੈਂ ਕਹਿੰਦਾ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਅਤੇ ਮਿੱਤਰੋ ਹੋਰ ਵੀ ਟਰੈਕਟਰ ਆਈ ਜਾਂਦੇ ਹੋਣਗੇ ਕਈ ਜਿਹੜੇ ਪਹੁੰਚਣਗੇ ਹੌਲੀ ਹੌਲੀ ਅਤੇ ਬਾਈ ਸਿਰਾ ਹੀ ਹੋ ਜਾਣਾ ਬਾਈ ਓਏ ਆਹ ਟਰੈਕਟਰ ਮਿੱਤਰੋ ਪਤਾ ਨਹੀਂ ਕਿਹੜਾ ਬਾਈ ਕਿੰਨੇ ਉਤੇਰੀ ਬਾਈ ਓਏ 6 ਸਿਲੰਡਰ ਆ ਮਿੱਤਰੋ 6 ਸਿਲੰਡਰ 6 ਪੈਪਾਂ ਮਿੱਤਰੋ ਮੈਂ ਤੁਹਾਨੂੰ ਦੱਸਦਾ 21 ਤਰੀਕ ਨੂੰ ਪਲਾਸਾ ਦੇ ਨਾਲ ਆਲੀਆਂ ਪੈਪਾਂ ਵੀ ਵੱਢ ਕੇ ਦੇਖ ਲਓ ਮਿੱਤਰੋ ਬਹੁਤ ਗਲਤ ਗੱਲ ਹੈ ਅਤੇ ਹੁਣ ਕੀ ਕਹਿ ਸਕਦੇ ਹਾਂ ਹੁਣ ਤਾਂ ਮਿੱਤਰੋ ਸਾਰੇ ਜੇ ਰਲ ਕੇ ਖੜਾਂਗੇ ਤਾਂ ਫਿਰ ਗੱਲ ਬਣ ਜੂਗੀ ਨਹੀਂ ਮਿੱਤਰੋ ਬੈਠੇ ਰਹਾਂਗੇ ਘਰੇ ਹੈ ਕਿ ਨਹੀਂ ਚੌਕੜੀਆਂ ਮਾਰ ਕੇ ਮਿੱਤਰੋ ਇੱਦਾਂ ਕਰਦੇ ਆਪਾਂ ਡਾਇਨਾਸੌਰ ਨੂੰ ਲੈ ਕੇ ਚੱਲਦੇ ਹਾਂ ਅਤੇ ਮੂਹਰੇ ਦੇਖ ਕੇ ਆਉਂਦੇ ਹਾਂ ਬਾਈ ਮਿੱਤਰੋ ਕੀ ਪ੍ਰਬੰਧ ਆ ਮੂਹਰੇ ਠੀਕ ਹੈ ਜੀ ਕਿ ਸਾਰੇ ਇੱਥੇ ਕਿਉਂ ਰੁਕੇ ਆ ਨਹੀਂ ਫਿਰ ਆਪਾਂ ਅਰੇਂਜਮੈਂਟ ਜਾਂ ਕਰਕੇ ਆਪਾਂ ਨਹੀਂ ਤਾਂ ਖਿੱਚ ਲਿਆਉਣਾ ਮਿੱਤਰੋ ਇੱਕ ਤਾਂ ਬੈਰੀਗੇਟ ਤਾਂ ਦੇਖਦੇ ਹਾਂ ਮਾਹੌਲ ਦੇਖਦੇ ਹਾਂ ਮਿੱਤਰੋ ਜਿੱਦਾਂ ਦਾ ਮਾਹੌਲ ਹੋਇਆ ਉਸ ਹਿਸਾਬ ਨਾਲ ਚੱਲਾਂਗੇ ਅਤੇ ਮਾੜਾ ਲੈ ਕੇ ਚੱਲੀਏ ਬਾਈ ਡਾਇਨਾਸੌਰ ਨੂੰ ਗਾਂ ਮਿੱਤਰੋ ਆਹ ਦੇਖੋ ਆਹ ਪੌੜਾ ਹੈ ਅਤੇ ਇਹਦੇ ਥੱਲੋਂ ਦੀ ਲੰਘਦੀ ਹੈ ਨਹਿਰ ਚਾਹੇ ਦਰਿਆ ਕਹਿ ਲਓ ਤੁਸੀਂ ਅਤੇ ਉਹ ਪਰਲੇ ਪਾਸੇ ਜਾਣਾ ਆਪਾਂ ਬਾਈ ਓਏ ਆ ਪੌਲ ਨਹੀਂ ਟੱਪਣਾ ਆਪਣੀ ਮਤਲਬ ਜਿਹੜੀ ਲੈਫਟ ਹੈ ਕਿ ਇੱਦੂ ਗਾਂਹ ਨਹੀਂ ਜਾਣਾ ਸੋ ਇੱਥੇ ਆਪਾਂ ਰੋਕ ਦਈਏ ਇੱਕ ਵਾਰੀ ਅਤੇ ਇੱਦੂ ਗਾਂਹ ਜਾ ਵੀ ਨਹੀਂ ਸਕਦੇ ਮਿੱਤਰੋ ਮਿੱਤਰੋ ਆਹ ਵੇਖੋ ਮਿੱਤਰੋ ਆਹ ਥੱਲੋਂ ਦੀ ਨਹਿਰ ਲੰਘਦੀ ਪਈ ਆ ਪੌਲ ਪੂਰਾ ਤਗੜਾ ਵਾ ਅਤੇ ਸਾਹਮਣੇ ਮਿੱਤਰੋ ਰਫਲਾਂ ਲੈ ਕੇ ਖੜਿਆ ਸੂਰਜ ਪਿੱਛੋਂ ਪੈਂਦਾ ਪਿਆ ਤਾਂ ਕਰਕੇ ਨਹੀਂ ਦੀਂਦਾ ਪਿਆ ਹੈਗਾ ਅਤੇ ਉਹ ਰਫਲ ਲੈ ਕੇ ਖੜਾ ਅਤੇ ਉਹਦੇ ਪਿੱਛੇ ਬੈਰੀਗੇਟ ਦੇ ਪਿੱਛੇ ਹੋਰ ਵੀ ਬੰਦੇ ਖੜੇ ਆ ਬਾਈ ਆਹ ਦਾ ਬੜਾ ਧੱਕਾ ਮਿੱਤਰੋ ਬੜਾ ਧੱਕਾ ਥੱਲੋਂ ਦੀ ਵੀ ਨਹੀਂ ਜਾ ਸਕਦੇ ਖੇਤਾਂ ਖੂਤਾਂ ਵੇਚਦੀ ਅਤੇ ਕਿਉਂਕਿ ਪਤਾ ਨਹੀਂ ਮਿੱਤਰੋ ਫੋਰਸ ਨੇ ਕੀ ਅਤੇ ਕੀ ਕਰ ਦੇਣਾ ਮਿੱਤਰੋ ਹਿੰਮਤ ਜੀ ਕਰਕੇ ਮੈਂ ਕਿਹਾ ਬਾਈ ਸਾਰਿਆਂ ਦੇ ਟਰੈਕਟਰ ਛੋਟਿਆਂ ਦੇ ਮੈਂ ਲੈ ਕੇ ਜਾਊਂਗਾ ਗਾਂ ਥੋੜ੍ਹਾ ਜਿਹਾ ਹੋਰ ਗਾਂ ਕਰੀਏ ਮੈਂ ਕਿਹਾ ਐਂ ਤਾਂ ਨਹੀਂ ਤਾਂ ਪ੍ਰਭਾਵ ਜਾਣੀ ਪੈਣਾ ਗਾ ਅਤੇ ਗਾਂ ਕਰਕੇ ਲਾਉਣ ਦੀ ਆਪਣੀ ਡਿਊਟੀ ਪਈ ਹੈ ਇਹ ਆ ਚੱਕੋ ਮਿੱਤਰੋ ਇੱਕ ਲਿਆਂਦਾ ਟਰੈਕਟਰ ਹੌਲੀ ਹੌਲੀ ਸਾਰੇ ਨੇੜੇ ਕਰ ਦੇਗੇ ਮਿੱਤਰੋ ਇੱਥੇ ਆਸੇ ਪਾਸੇ ਕਰਕੇ ਲਾ ਦੇਗੇ ਇਹਨਾਂ ਨੂੰ ਪਤਾ ਲੱਗ ਜਾਏ ਕਿ ਕਿਹੜਾ ਕੀ ਹੈਗੇ ਆ ਕਿਉਂਕਿ ਪਿੱਛੇ ਖੜਾਂਗੇ ਨਾ ਅਤੇ ਪਿੱਛੇ ਹੀ ਰਹਿ ਜਾਂਗੇ ਲਓ ਵੀ ਮਿੱਤਰੋ ਮਾਰ ਗਏ ਫਿਰ 69 ਦੀ ਸੈਲਫ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਸੌ ਲੱਗੇ ਮਿੱਤਰੋ ਦਿਲ ਖੁਸ਼ ਹੋਈ ਜਾਂਦਾ ਇੰਨਾ ਇਕੱਠ ਦੇਖ ਕੇ ਇੰਨੇ ਟਰੈਕਟਰ ਦੇਖ ਕੇ ਚੱਲ ਬਾਈ ਝੋਟਿਆ ਬੱਲੇ 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 69 ਨੂੰ ਤਾਂ ਵੇਖ ਕੇ ਵੈਸੇ ਹੀ ਖੂਨ ਖੋਲ ਜਾਂਦਾ ਵਾ ਕਿ ਹਾਂ ਸਾਹਮਣੇ ਕੋਈ ਆ ਜੇ ਲਓ ਵੀ ਮਿੱਤਰੋ ਟਰੱਕ ਵੈਸੇ ਤਾਂ ਕਿਤੇ ਚਲਾਇਆ ਨਹੀਂ ਪਰ ਚਲਾ ਲਾਂਗੇ ਕਿਉਂਕਿ ਗੇਅਰ ਗੂਰ ਜੇ ਤਾਂ ਉਹ ਤੇਰੀ ਬੱਲੇ 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 ਬਾਈ ਮਿੱਤਰੋ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਇਹਨੂੰ ਕਿਹੜਾ ਔਖੇ ਸੌਖੇ ਲੈ ਜਾਈਏ ਉੱਥੋਂ ਤੱਕ ਇੰਨਾ ਹੀ ਬਹੁਤ ਆ ਉਹ ਤੇਰੀ ਸਿਰਾ ਹੀ ਲੱਗਦਾ ਪਿਆ ਮਿੱਤਰੋ ਟਰੱਕ ਅਤੇ ਟਰੱਕ ਤੋਂ ਐਂ ਕਰਦੇ ਆਪਾਂ ਨਾ ਟਰੱਕ ਨੂੰ ਲਾਉਂਦੇ ਕਿਹੜਾ ਸਾਈਡ 'ਤੇ ਟਰੱਕ ਨੂੰ ਸਾਈਡ 'ਤੇ ਲਾ ਲਈਏ ਟਰੱਕ ਨਹੀਂ ਆਪਾਂ ਸਿੱਧਾ ਲਿਜਾਣਾ ਗਾ ਗਾਂ ਟਰੱਕ ਨੂੰ ਲਾਸਟ 'ਤੇ ਲੈ ਕੇ ਜਾਵਾਂਗੇ ਬੈਕ ਕਰੀਏ ਇਹ ਤੋਂ ਆਪਾਂ ਪੋਪਲੇਟ ਮਸ਼ੀਨ ਹੈ ਜਿਹੜੀ ਉਹ ਲਾ ਲਈਏ ਆਪਾਂ ਲਓ ਵੀ ਮਿੱਤਰੋ ਕਹਿੰਦੇ ਮਸ਼ੀਨ ਤਾਂ ਚਲਾਉਣੀ ਆਉਂਦੀ ਆ ਝੋਟੇ ਨੂੰ ਕਿਆ ਬਾਤ ਹੈ ਬਾਈ ਥੋੜ੍ਹੀ ਜਿਹੀ ਡਰਾਈਵਰੀ ਜਲਦੀ ਹੋ ਗਈ ਅਤੇ ਮੈਂ ਕਹਿੰਦਾ ਸਿਰ ਜਾ ਤਾਂ ਚੱਕ ਦਈਏ ਮਿੱਤਰੋ ਆਪਾਂ ਇੱਕ ਵਾਰੀ ਪਤਾ ਲੱਗ ਜਾਏ ਉਹਨਾਂ ਨੂੰ ਕਿ ਸਾਡੇ ਕੋਲ ਵੀ ਹੈਗੀਆਂ ਅਸੀਂ ਵੀ ਕਿਤੇ ਐਵੇਂ ਨਹੀਂ ਫਿਰਦੇ ਆਹ ਚੱਕੋ ਮਿੱਤਰੋ ਥੋੜ੍ਹਾ ਗੇਅਰਾਂ ਦਾ ਹਿਸਾਬ ਘੱਟ ਹੈ ਆਪਾਂ ਓਏ ਸਲਿੱਪ ਜੇ ਨਾ ਮਾਰ ਬਾਈ ਬਣ ਕੇ ਤੁਰਪਾ ਕਿਆ ਬਾਤ ਹੈ ਬਾਈ ਚੱਕ ਦਈਏ ਸਿਰ ਜਾ ਤਾਂ ਆਹ ਚੱਕੋ ਫਿਰ ਕਰਤਾ ਰੱਬ ਨੇ ਇਹਨੂੰ ਮੂੰਹ ਮਿੱਤਰੋ ਆ ਜਾਓ ਫਿਰ ਇਹਨੂੰ ਵੀ ਲਾਈਏ ਸਾਈਡ 'ਤੇ ਕਿ ਪਤਾ ਲੱਗੇ ਮਾੜਾ ਜਿਹਾ ਕਿ ਹੈਗੇ ਹੈ ਆਏ ਥੋੜ੍ਹੋ ਹੈ ਲਓ ਵੀ ਮਿੱਤਰੋ ਇੱਥੇ ਲਾ ਦੀ ਜੇ ਸੀ ਬੀ
ਓ ਚੱਕ ਬਈ ਕਿਆ ਬਾਤ ਹੈ ਬਈ, ਕਿਆ ਬਾਤ ਹੈ ਸਰਾ ਬਈ, ਸਰਾ 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 655 ਕਹਿੰਦੇ ਆ ਝੋਟੇ ਨੂੰ ਮਿੱਤਰੋ। ਫਾਰਮ ਟਰੈਕ ਕਿਆ ਬਾਤ ਹੈ, ਵੀ ਟਰੈਕਟਰ ਬਹੁਤ ਤਕੜਾ ਮਿੱਤਰੋ, ਸਾਰੇ ਟਰੈਕਟਰ ਤਗੜੇ ਆ ਇੱਥੇ ਜਿੰਨੇ ਪਹੁੰਚੇ ਮਿੱਤਰੋ, ਸਾਰੇ ਤਗੜੇ ਆ ਕਿਉਂਕਿ ਉਹਨਾਂ ਦੇ ਮਾਲਕ ਤਗੜੇ ਆ, ਜਿਗਰੇ ਵਾਲੇ ਆ ਜਿਹੜੇ ਲੈ ਕੇ ਆਏ ਆ ਬਈ, ਕਿਆ ਬਾਤ ਹੈ ਬਾਈ। ਮਿੱਤਰੋ ਜੌਂਡੀਅਰ ਦੀ ਸਿਟੀ ਚੈੱਕ ਕਰੋ ਬਾਈ, ਕਿਆ ਬਾਤ ਹੈ, ਆਵਾਜ਼ ਬੜੀ ਸੋਹਣੀ ਹੈ ਮਿੱਤਰੋ। ਟਰਾਲੀਆਂ ਵਾਲੇ ਜਿਹੜੇ ਟਰੈਕਟਰ ਉਹ ਇਸ ਲੈਣ ਦੇ ਵਿੱਚ ਲਾਉਣੇ ਆਪਾਂ, ਟਰਾਲੀਆਂ ਵਾਲੇ ਥੋੜ੍ਹਾ ਜਿਹਾ ਆਸ਼ਾ ਵੀ ਮਗਰ ਨੂੰ ਕਰ ਦੇਣਾ, ਚਲੋ ਕੋਈ ਨਾ ਆਸ਼ਾ ਖੜਾ ਰਹਿਣ ਦਿਓ, ਹੁਣ ਫਿਰ ਅਸੀਂ ਲਾ ਦਿੰਦੇ ਹਾਂ ਆਹ ਲੈਣ ਦੇ ਵਿੱਚ ਲਾ ਰਹੇ ਹਾਂ ਟਰਾਲੀਆਂ ਵਾਲੇ, ਕਿਉਂਕਿ ਇਹਨਾਂ ਨੂੰ ਲਾਂਘਾ ਦਿਵਾਉਣਾ ਆਪਾਂ। ਦੂਜੇ ਟਰੈਕਟਰਾਂ ਨੇ ਜਿਹੜੇ ਸਿੰਗਲ ਟਰੈਕਟਰ ਆਪਣੇ ਕੋਲ ਬਿਨਾਂ ਮਤਲਬ ਟਰਾਲੀਆਂ ਵਾਲੇ ਆ, ਉਹਨਾਂ ਦੀ ਹੈਲਪ ਨਾਲ ਆਪਾਂ ਦੂਜੇ ਟਰੈਕਟਰਾਂ ਨੂੰ ਲਾਂਘਾ ਦਿਵਾਉਣਾ ਟਰਾਲੀਆਂ ਵਾਲਿਆਂ ਨੂੰ, ਕਿ ਉਹ ਛੇਤੀ ਲੰਘ ਜਾਣ ਪਹਿਲਾਂ, ਕਿਉਂਕਿ ਉਹਨਾਂ ਦੇ ਵਿੱਚ ਆਪਣੇ ਸਾਰੇ ਬਾਬੇ ਬੈਠੇ ਆ। ਉਹ ਤੇਰੀ ਮੁੰਡਾ ਸਮਾਈਲ ਕਰਨ ਲੱਗ ਗਿਆ ਮਿੱਤਰੋ, ਜਿਹੜਾ ਖੜਾ ਛਤਰੀ ਥੱਲੇ ਕਹਿੰਦਾ ਹਾਂ ਉਹ ਚੱਲੇ ਨੇੜੇ ਜੇ, ਕਹਿੰਦਾ ਅਜੇ ਤਾਂ ਗੱਲ ਹੀ ਨਹੀਂ ਬਾਨੀ। ਆਹ ਦੇਖੋ ਮਿੱਤਰੋ ਐਵੇਂ ਥੋੜ੍ਹਾ ਮਗਰ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਵੈਸੇ ਤਾਂ ਮਿੱਤਰੋ ਆਹ ਟਰੈਕਟਰ ਬੈਰੀਗੇਡ ਪੱਟਣ ਦੇ ਕੰਮ ਆਉਣਾ ਸੀ, ਕਿਉਂਕਿ ਜਾਨ ਬਹੁਤ ਹੈ, ਮੋਡੀਫਾਈ ਹੋਇਆ ਵਾ ਟਰੈਕਟਰ ਫੁੱਲ, ਅਤੇ ਪਰ ਆਪਾਂ ਇਹਨੂੰ ਫਿਰ ਵੀ ਇਹ ਇੱਥੇ ਜੇ ਲਾ ਦਈਏ ਮਿੱਤਰੋ, ਕਿਉਂਕਿ ਇਹਦੇ ਮਗਰ ਹੁਣ ਟਰਾਲੀ ਪਾਈ ਵੀ ਆ, ਕਿਹੜਾ ਟਰਾਲੀ ਲਾਊਗਾ ਇਹ, ਥੋੜ੍ਹਾ ਬੈਗ ਤਰਪਾਲ ਨਾ ਪਾੜ ਦੀ ਮੇਰਾ ਭਾਈ। ਚਲੋ 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 ਜਾ, ਮਿੰਟੋ ਮਿੰਟ ਹੀ ਖਿੱਚ ਕੇ ਅਗਲੇ ਟਰੈਕਟਰ ਵੀ ਨੇੜੇ ਕਰ ਦਿਓ, ਉਹ ਤੋਂ ਬਾਅਦ ਦੇਖਦੇ ਹੈ। ਲਓ ਵੀ ਮਿੱਤਰੋ ਜਾਂਦਾ ਅਡੀਸ਼ਨ, ਬੱਲੇ 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 ਬੱਲੇ, ਨਾਲੀਆਂ 'ਚ ਵਾਰਤਾ ਹੋਏ ਬਈ, ਖਾਲੇ 'ਚ ਵਾਰਤਾ, ਨਾਲੀਆਂ 'ਚ ਨਹੀਂ ਖਾਲੇ 'ਚ ਬਾਈ ਬਾਈ, ਮਾੜਾ ਫੀਲਿੰਗ ਬਾਹਲੀ ਲੈ ਗਏ ਸੀ ਮਿੱਤਰੋ ਆਪਾਂ, ਫੀਲਿੰਗ ਬਾਹਲੀ ਲੈ ਗਈ, ਮਾੜਾ ਖਿੱਚ ਕੇ ਨੇੜੇ ਲਾ ਦਈਏ ਇਹਨੂੰ, ਇਹਨੂੰ ਵੀ ਇੱਧਰ ਖੜਾਈਏ, ਐਡੀਸ਼ਨ ਵੀ ਕੰਮ ਆਊਗਾ ਮਿੱਤਰੋ। ਵੈਸੇ ਤਾਂ ਪੱਟ ਤਾਂ ਆਪਾਂ 2 ਟਰੈਕਟਰਾਂ ਨਾਲ ਹੀ ਦੇਣੇ ਆ, ਬਾਹਲੇ ਨਹੀਂ ਗਏ ਬੈਰੀਗੇਟ, ਪਰ ਆਪਾਂ ਪੱਟ ਆਪਾਂ ਚਾਹੁੰਦੇ ਨਹੀਂ ਪੱਟਣਾ ਯਾਰ, ਆਪਾਂ ਬਸ ਥੋੜ੍ਹਾ ਜਿਹਾ ਇਹਨਾਂ ਨੂੰ ਐਂ ਹੋ ਜਾਏ ਕਿ ਹਾਂ ਉੱਤੇ ਚੜ੍ਹਦੇ ਆਉਂਦੇ ਆ, ਹੁਣ ਅਸੀਂ ਖੋਲ੍ਹ ਦਈਏ ਇਹਨਾਂ ਨੂੰ ਲੰਘ ਲੈਂਦੇ ਹਾਂ, ਕਿਉਂਕਿ ਸਾਡਾ ਹੱਕ ਹੈ, ਅਸੀਂ ਕਿਤੇ ਵੀ ਜਾ ਕੇ ਪ੍ਰਦਰਸ਼ਨ ਕਰ ਸਕਦੇ ਹਾਂ। ਲਓ ਵੀ ਮਿੱਤਰੋ ਦੇਖੋ ਜਾਂਦਾ ਝੋਟਾ ਬੁੱਕਦਾ, ਇੱਕ ਹੋਰ ਨੇੜੇ ਜੇ ਕਰ ਦਈਏ ਇਹਨੂੰ ਵੀ, ਮੈਂ ਕਹਿੰਦਾ ਪੁਲ ਜੇ ਦੇ ਕੋਲੇ ਹੀ ਲਾਈਏ, ਪੁਲ ਦੇ ਕੋਲੇ ਲਾਈਏ ਬਾਈ, ਪੁਲ ਦੇ ਕੋਲੇ ਇਹ ਇੱਥੇ ਲਾ ਦਈਏ ਇੱਥੇ। ਲਓ ਵੀ ਮਿੱਤਰੋ ਆਹ ਟਰੈਕਟਰ ਝੋਟਾ, ਕਹਿੰਦੇ ਇਹਦੇ 16 ਗੇਅਰ ਹੈ, 16 ਗੇਅਰ ਬਾਈ, ਕਿਆ ਬਾਤ ਹੈ ਬਾਈ, 16 ਗੇਅਰ ਫੋਰਵਰਡ ਦੇ ਆ ਟਰੈਕਟਰ, ਐਵੇਂ ਨਹੀਂ ਮਾੜਾ ਮੋਟਾ ਟਰੈਕਟਰ ਨਹੀਂ ਮਿੱਤਰੋ, ਸਰਾ ਟਰੈਕਟਰ ਹੈ ਇਹ। ਆਹ ਕੀ ਆ ਗਿਆ, ਅਮਰ ਐਮਰਜੈਂਸੀ 'ਤੇ ਨਹੀਂ ਜਾਂਦੇ ਹੁਣ, ਹੁਣ ਤਾਂ ਇੱਧਰ ਹੀ ਆਉਣਗੇ, ਇੱਧਰ ਹੀ ਕਿਹੜਾ ਐਮਰਜੈਂਸੀ ਬਣੀ ਵੀ ਹੈ। ਲਓ ਵੀ ਮਿੱਤਰੋ ਨਵੇਂ ਵਾਲਾ 855 ਕਿਹੜਾ ਪਿੱਛੇ ਰਹਿ ਜੂ, ਕਹਿੰਦਾ ਮੈਂ ਤਾਂ ਜਾਊਂ ਬੁੱਕ ਦਾ ਗਾਂ, ਬੱਲੇ ਬੱਲੇ ਬੱਲੇ, ਇੱਕ ਟਰੈਕਟਰ ਹੋਰ ਰਹਿ ਗਿਆ ਮਿੱਤਰੋ, ਕਦੇ ਚਲਾਇਆ ਨਹੀਂ, 6 ਸਿਲੰਡਰ ਆ ਬਾਈ ਇੰਜਣ ਉਹਦਾ ਬਾਈ, ਝੋਟਾ ਹੀ ਆ, 2 ਟਰਾਲੀਆਂ ਪਾਈ ਫਿਰਦੇ ਆ, ਇੱਕ ਟਰਾਲੀ ਰਾਸ਼ਨ ਵਾਲੀ ਆ, ਇੱਕ ਕਹਿੰਦੇ ਪੈਣ ਪੂਣ ਨੂੰ ਆ, ਮੈਂ ਕਿਹਾ ਠੀਕ ਆ ਬਾਈ। ਲਓ ਵੀ ਮਿੱਤਰੋ ਐਂ ਕਰਾਂਗੇ ਆਹ ਟਰੈਕਟਰ ਆਪਾਂ ਥੋੜ੍ਹਾ ਜਿਹਾ ਗਾਂਹ ਲੈ ਕੇ ਜਾਵਾਂਗੇ, ਅਤੇ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਨੂੰ ਕਹਾਂਗੇ ਕਿ ਬਾਈ ਸਾਨੂੰ ਲੰਘ ਲੈਣ ਦਿਉ, ਜੇ ਉਹਨਾਂ ਨੇ ਕੋਈ ਪਾਣੀ ਪੂਣੀ ਦੀ ਪਿਛਾੜ ਮਾਰੀ ਫਿਰ ਇਹਨੂੰ ਆਪਾਂ ਲਾ ਦੇਣਾ ਸਾਈਡ 'ਤੇ ਕਰਕੇ, ਇਹਨੂੰ ਇੱਕ ਵਾਰੀ ਟਰਾਲੀਆਂ ਲਾ ਦਈਏ ਇਹਦੇ ਮਗਰੋਂ, ਅਤੇ ਟਰਾਲੀਆਂ ਕਿਉਂਕਿ ਟਰੈਕਟਰ ਤਗੜਾ ਮਿੱਤਰੋ, ਅਤੇ ਫਿਰ ਫਾਇਦਾ ਤਾਂ ਹੈ ਨਾ, ਟਰੈਕਟਰ ਤਗੜਾ ਹੁੰਦਾ ਕੋਈ ਤਾਂ ਫਾਇਦਾ ਹੋਵੇ, ਇਹਨੂੰ ਐਂ ਕਰਦੇ ਹਾਂ ਇਹਨੂੰ ਆਪਾਂ ਇੱਥੇ ਟਰਾਲੀਆਂ ਲਾ ਦਿੰਦੇ ਹਾਂ, ਹੈ ਕਿ ਨਹੀਂ। ਲੈ ਬਾਈ ਟਰਾਲੀ ਲੈ ਜਾ ਮੇਰੀ ਜਾਨ, ਇਹ ਆ ਚੱਕੋ ਬਾਈ ਟਰਾਲੀ ਲਾ ਦੀ, ਅਤੇ ਹੁਣ ਇੱਕ ਵਾਰੀ ਆਪਾਂ ਟਰੈਕਟਰ ਨੇੜੇ ਕਰਦੇ ਹਾਂ ਅਤੇ ਦੇਖਦੇ ਹਾਂ ਕੀ ਕਹਿੰਦੇ ਆ, ਜੇ ਉਹਨਾਂ ਨੇ ਪਾਣੀ ਪੂਣੀ ਛੱਡਤਾ ਜਾਂ ਟੀਅਰ ਗੈਸ ਛੱਡਤੀ ਨਾ ਬਾਈ, ਆਪਾਂ ਤਾਂ ਉੱਥੇ ਹੀ ਬੈਕ ਗੇਅਰ ਪਾ ਦੇਣਾ ਕੇਰਾਂ ਤਾਂ, ਉਦੋਂ ਬਾਅਦ ਕਰੜੇ ਜੇ ਹੋ ਕੇ ਸੰਗਲ ਵਾਲਾ ਆਪਣਾ ਉਹ ਡਾਇਨਾਸੋਰ ਉਹ ਲੈ ਕੇ ਜਾਵਾਂਗੇ, ਉਹ ਤੇਰੀ ਚਲਾਤਾ ਬਾਈ, ਚਲਾਤਾ ਪਾਣੀ ਚਲਾਤਾ ਮਿੱਤਰੋ, ਦੇਖੋ ਪਾਣੀ ਵਾਲੀ ਪਿਛਾੜ ਬਾਈ, ਕੁਛ ਹੋਰ ਨਾ ਠੋਕਣ, ਕਿਉਂਕਿ ਇਹ ਟਰੈਕਟਰ ਮੈਂ ਤਾਂ ਲੈ ਕੇ ਆਇਆ ਸੀ, ਇਹਦੇ ਆਹ ਲੱਗੀ ਵੀ ਆ ਮਿੱਤਰੋ ਏਸੀ ਵਾਲਾ ਕੈਬਨ, ਅਤੇ ਬਾਈ ਹੁਣ ਸੌਂ ਲੱਗੇ, ਹੁਣ ਤਾਂ ਖੂੰਜਾ ਖੁੱਲ ਗਿਆ ਮੇਰਾ, ਇਹਨੂੰ ਬੈਕ ਕਰਨ ਦਿਓ, ਖੜ ਜਾਓ ਯਾਰ, ਇਹਨੂੰ ਲਾ ਦਈਏ ਇੱਥੇ। ਲਓ ਵੀ ਮਿੱਤਰੋ ਸੰਗਲ ਹੈ, ਅਤੇ ਇਹਨੂੰ ਇੱਥੋਂ ਹੀ ਮਾੜਾ ਜਿਹਾ ਘੁੰਮਾ ਲਈਏ ਬਾਈ, ਮੋੜਨਾ ਔਖਾ ਇਹਦਾ, ਭੱਜਣਗੇ ਇਹਦਾ ਮਿੱਤਰੋ, ਜਾਂਦੇ ਵੇਖਿਓ ਤੁਸੀਂ ਇਹਦਾ, ਜਦੋਂ ਮੈਂ ਬੈਕ ਕਰਕੇ ਲਗਿਆ ਨਾ ਮਾੜਾ ਜਿਹਾ, ਅਤੇ ਸਿਰਾ ਹੀ ਹੋ ਜਾਣਾ ਇੱਥੇ, ਇੱਥੇ ਸਟੰਟ ਕਰਾਉਂਦਾ ਜੀ ਕਰਦਾ ਮੈਂ, ਇਹ ਅੱਗਾ ਚੱਕਿਆ ਟਰੈਕਟਰ ਵੇਖ ਕੇ ਡਰ ਜਾਣਗੇ ਮਿੱਤਰੋ, ਕਹਿੰਦੇ ਆਪਾਂ ਤਾਂ ਐਂ ਭਜਾ ਦਈਏ ਮਿੱਤਰੋ, ਪਿਛਾੜਾਂ ਦੀਆਂ ਛੱਡਦੀਆਂ ਚੱਲਦੀਆਂ ਹੀ ਛੱਡ ਕੇ, ਅਤੇ ਉਹ ਭੱਜ ਗਏ, ਕਹਿੰਦੇ ਕਿਆ ਬਾਤ ਹੈ ਬਾਈ, ਕਿਆ ਬਾਤ ਹੈ ਮਾੜਾ ਜਿਹਾ, ਹੁਣ ਇਹਨਾਂ ਨੂੰ ਕਰੀਏ ਨੇੜੇ ਖੜ੍ਹ ਜਾਓ, ਆਹ ਬੈਰੀਗੇਡ ਜਿਹਾ ਆਪਾਂ ਖਿੱਚਣ ਦੀ ਕਰੀਏ, ਕਿਵੇਂ ਖਿੱਚਣਾ ਵਾ,
ਇਹ ਟਰੈਕਟਰ ਮਿੱਤਰੋਂ ਐਂ ਤਾਂ ਡਰਦੇ ਆ, ਫਿਰ ਮਾੜੀ ਮੋਟੀ ਗੱਲ ਥੋੜ੍ਹੋ ਹੈ ਮਿੱਤਰੋਂ, ਸੰਗਲ ਦੇ ਨਾਲ ਗੱਲ ਨਹੀਂ ਪਰਦੀ ਬਈ, ਆਪਾਂ ਨੂੰ ਲਿਆ ਕੇ ਆਉਣਾ ਪੈਣਾ ਡੰਡਾ, ਕਿਉਂਕਿ ਸੰਗਲ ਪੈਂਦਾ ਨਹੀਂ ਪਿਆ ਉਹਦੇ 'ਚ, ਅਤੇ ਇੱਥੋਂ ਆਪਾਂ ਲੱਠ ਪੁੱਛਦੇ ਕਿਸੇ ਬਾਈ ਕੋਲ ਟਰੈਕਟਰ ਦੇ ਵਿੱਚ ਲੱਠ ਹੋਵੇ, ਲੱਠ ਪੁੱਛ ਲਈਏ ਬਾਈ, ਮੈਨੂੰ ਲੱਗਦਾ ਆਹ ਦੋ ਟਰਾਲੀਆਂ ਵਾਲਿਆਂ ਕੋਲ ਹੋਊਗੀ, ਇਹਨਾਂ ਨੂੰ ਪੁੱਛਦੇ ਆ ਮਿੱਤਰੋਂ, ਸੰਗਲ ਲਾਹ ਦੇ ਇੱਥੇ ਸਾਈਡ 'ਤੇ ਮਿੱਤਰੋਂ, ਲੱਠ ਜੀ ਮਿਲ ਗਈ ਅਤੇ ਬਾਈ ਕਹਿੰਦੇ ਕਹਿੰਦੇ ਬਈ ਸੰਗਲ ਤੁਸੀਂ ਨਾ ਉਹਦੇ ਮਗਰ ਪਾ ਲਓ, ਲੱਠ ਨਾਟ ਗਿਆ ਨਾ ਮਗਰ ਸੰਗਲ ਤੁਸੀਂ ਲਾਓ ਨਾ, ਸੰਗਲ ਦੀ ਵੀ ਲੋੜ ਪੈ ਜੂਗੀ, ਅਤੇ ਮਿੱਤਰੋਂ ਹੁਣ ਫਿਰ ਪਾਈਏ ਆਪਾਂ ਬੈਰੀਗੇਡ ਮਾੜਾ ਮੋੜ ਲਵੇ, ਨਾਟ ਗਿਆ ਲੰਮਾ ਇੱਥੋਂ ਮੋੜਨਾ ਔਖਾ, ਚਲੋ ਬ੍ਰੇਕਾਂ 'ਤੇ ਘੁਮਾ ਦਾਂਗੇ ਮਾੜੀ ਕੋਈ ਮੋਟੀ ਗੱਲ ਹੈ, ਇਹਦੇ ਬੰਪਰ ਨਹੀਂ ਲੱਗਾ ਮਿੱਤਰੋਂ ਟਰੈਕਟਰ 'ਤੇ, ਤਾਂ ਕਰਕੇ ਮੋੜਨਾ ਥੋੜ੍ਹਾ ਜਿਹਾ ਸੌਖਾ ਹੋ ਜੂਗਾ, ਓਏ 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 ਲੱਠ ਵੀ ਔਖੀ ਕਰਦੀ ਆ ਬਾਈ, ਉਹ ਬੱਲੇ ਬੱਲੇ ਮਿੰਟੋ ਮਿੰਟੀ ਮਿੱਤਰੋਂ ਖਿੱਚ ਕੇ ਪਰਾਂ ਕਰੀਏ, ਉਦੋਂ ਪਹਿਲਾਂ ਕਿ ਉਹ ਦੁੱਗਣੀ ਫੋਰਸ ਲੈ ਕੇ ਆ ਜਾਣ, ਫਿਰ ਔਖਾ ਹੋ ਜੂਗਾ ਮਿੱਤਰੋਂ, ਲਓ ਵੀ ਮਿੱਤਰੋਂ ਪਾਲਿਆ ਬੈਰੀਗੇਟ, ਦੇਖੋ ਮਿੱਤਰੋਂ ਲੱਠ ਸਹੀ ਪੈਂਦੀ ਪਈ ਹੈ ਨਾ, ਅਤੇ ਦੇਖਿਓ ਹੁਣ ਖਿੱਚ ਕੇ ਬਾਈ ਖਾਈਦਾ ਕਿ ਨਹੀਂ, ਚੱਲ ਝੋਟਿਆ ਚੱਲ ਨਾਟ ਗਿਆਰਾਂ ਮਿੱਤਰੋਂ, ਉਹ ਬੱਲੇ 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 ਨਾਟ ਗਿਆਰਾਂ ਦਾ ਕਹਿੰਦੇ ਜ਼ੋਰ ਵਾਹਵਾ ਲੱਗੀ ਜਾਂਦਾ ਮਿੱਤਰੋਂ, ਥੋੜ੍ਹਾ ਜਿਹਾ ਬੈਕ ਬੈਕ ਨਹੀਂ ਹੁੰਦਾ ਬਾਈ, ਬੈਕ ਬੈਕ ਕਿੱਥੋਂ ਹੋ ਜੂ ਬਾਈ, ਬਹੁਤ ਭਾਰਾ ਸਲੈਬ ਆ ਮਿੱਤਰੋਂ, ਚੱਲ ਚੱਲ ਝੋਟਿਆ ਚੱਲ ਚੱਲ ਚੱਲ, ਹਾਏ ਹੋਏ ਸਾਈਡਾਂ ਨੂੰ ਜਾਈ ਜਾਂਦਾ, ਬ੍ਰੇਕ ਵੀ ਨਹੀਂ ਹੈਗੇ ਗੇਮ 'ਚ ਤਾਂ ਸਾਈਡ ਵਾਲੇ ਲੱਪਾਂ ਨੂੰ, ਉਹ ਬਾਈ ਓਏ ਉਹਦਾ ਬਾਹਲਾ ਤਗੜਾ ਕੰਮ ਆ ਮਿੱਤਰੋਂ, ਉਹਦਾ ਬਾਹਲਾ ਤਗੜਾ ਕੰਮ ਹੋਇਆ ਪਿਆ, ਹਾਂ ਹੁਣ ਠੀਕ ਆ ਹੁਣ ਠੀਕ ਆ, ਹੁਣ ਮਾੜਾ ਘੁੰਮੂਗਾ ਟਰੈਕਟਰ ਫਿਰ ਉੱਧਰ ਨੂੰ ਨਾ ਜਾਵੜੇ, ਚੱਲ 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 ਝੋਟਿਆ ਚੱਲ 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 ਮਾਰ ਜ਼ੋਰ ਮਾਰ, ਵੇਖੋ ਮਿੱਤਰੋਂ ਮੈਨੂੰ ਲੱਗਦਾ ਆਪਾਂ ਨੂੰ ਹੋਰ ਟਰੈਕਟਰ ਲਿਆਉਣਾ ਪੈਣਾ, ਐਂ ਕਰਦੇ ਆ ਮਿੱਤਰੋਂ, ਇੱਕ ਵਾਰੀ ਨਾਟ ਗਿਆ ਨਾ ਔਖਾ ਹੁੰਦਾ ਪਿਆ, ਥੋੜ੍ਹਾ ਜਿਹਾ 4x4 ਲੈ ਕੇ ਆਉਂਦੇ ਆ, 4x4 ਜਿਹੜਾ ਅੱਗਾ ਨਾ ਚੱਕੇ, ਲਓ ਵੀ ਮਿੱਤਰੋਂ ਹੁਣ ਦੇਖਦੇ ਆ ਕਹਿੰਦੇ ਕੀ ਬਣਦਾ ਪ੍ਰੋਜੈਕਟ, ਆਹ ਤਾਂ ਖਿੱਚੂ ਯਾਰ, ਮੈਨੂੰ ਲੱਗਦਾ ਕਿ ਆਹ ਖਿੱਚੂ, ਜੇ ਇਹ ਦੱਬ ਗਿਆ ਨਾ ਮਿੱਤਰੋਂ ਫਿਰ ਇਹਦਾ ਬਾਈ, ਫਿਰ ਇਹਦੇ ਇਕੱਲਾ ਨਾਮ ਨੂਮ ਹੀ ਆ ਬਸ ਬਾਈ, ਛੇਤੀ ਛੇਤੀ ਆਪਾਂ ਖਿੱਚਣੇ ਆ, ਮੈਂ ਕਹਿੰਦਾ ਆਪਾਂ ਰੈਸਕ ਨਾ ਲਈਏ, ਆਪਾਂ ਕੋਈ ਨਾ ਕੋਈ ਟਰੈਕਟਰ ਨਾ ਹੋਰ ਲਿਆਈਏ ਵੇਖ ਕੇ, ਚੱਲ 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 ਖਿੱਚ ਖਿੱਚ ਮੇਰਾ ਬਾਈ, ਖਿੱਚ ਲਾ ਭਰਾਵਾ ਬਾਈ, ਆਹਦਾ ਬਾਹਲਾ ਭਾਰਾ ਮਿੱਤਰੋਂ, ਬੈਰੀਗੇਡ ਬਹੁਤ ਭਾਰੇ ਆ ਮਿੱਤਰੋਂ, ਇਹ ਵੀ ਜ਼ੋਰ ਜਾਣੀ ਮਾਰਦਾ ਪਿਆ ਬਾਈ ਬਣ ਕੇ, ਤੌਰ ਟੀ ਪਾਤਾ ਸੀ ਚੌਥਾ ਡੀ ਚੌਥਾ ਬਾਈ, ਡੀ ਚੌਥੇ 'ਚ ਵੀ ਨਹੀਂ ਨਹੀਂ ਦੱਬਦਾ ਤਾਂ ਨਹੀਂ ਪਿਆ ਮਿੱਤਰੋਂ, ਪਰ ਚੱਕਰ ਥੋੜ੍ਹੇ ਆ ਬਾਈ, ਸਪੀਡਾਂ ਹੋਰ ਹਿਸਾਬ ਦੀਆਂ ਟਰੈਕਟਰ ਦੀਆਂ ਬਾਈ, ਨਹੀਂ ਨਹੀਂ ਛੇਤੀ ਖਿੱਚਣਾ ਬਾਈ, ਛੇਤੀ ਖਿੱਚਣਾ ਬਾਈ, ਕੋਈ ਹੋਰ ਲਿਆਓ ਟਰੈਕਟਰ ਯਾਰ, ਮਿੱਤਰੋਂ ਜਿੱਥੇ ਏਡੇ ਏਡੇ ਟਰੈਕਟਰ ਦੱਬ ਗਏ ਬਾਈ ਮਿੱਤਰੋਂ, ਉੱਥੇ ਡਾਇਨਾਸੌਰ ਵੀ ਦੱਬ ਸਕਦਾ, ਕੋਈ ਚੱਕਰ ਵਾਲੀ ਗੱਲ ਨਹੀਂ, ਦੇਖਦੇ ਆ ਫਿਰ ਨਹੀਂ ਦੋ ਦੋ ਟਰੈਕਟਰ ਪਾਲਾਂਗੇ, ਹੈ ਕਿ ਨਹੀਂ, ਕਿਉਂਕਿ ਕੰਮ ਤਾਂ ਕਰਨਾ ਹੀ ਪੈਣਾ ਮਿੱਤਰੋਂ, ਇਹ ਤਾਂ ਖਿੱਚਣੇ ਹੀ ਪੈਣੇ ਆ, ਜੇ ਦੋ ਟਰੈਕਟਰਾਂ ਦੀ ਲੋੜ ਪੈ ਗਈ ਨਾ ਆਪਾਂ ਐਂ ਕਰਾਂਗੇ ਡਾਇਨਾਸੌਰ ਦੇ ਮੂਹਰੇ ਇੱਕ ਹੋਰ ਟਰੈਕਟਰ ਪਾਲਾਂਗੇ, ਫਿਰ ਵੇਖੋ ਬਣਦੀ ਗੱਲ ਮਿੱਤਰੋਂ, ਨਹੀਂ ਇੱਕ ਆ ਹੋਲੈਂਡ ਖੜਾ, ਹੋਲੈਂਡ ਤੋਂ ਵੀ ਮੈਨੂੰ ਚਾਂਸ ਹੈਗਾ ਕਿ ਹੋਲੈਂਡ ਖਿੱਚ ਲੂਗਾ, ਇੱਕ ਵਾਰੀ ਦੇਖੀਏ ਇੱਕ ਵਾਰੀ ਦੇਖੀਏ ਕਿ ਕਹਿੰਦੇ ਕੀ ਆ ਇਹ, ਛੇਤੀ ਪਾਲਾ ਹੈ ਪਿਆ ਛੇਤੀ ਛੇਤੀ, ਚੱਲ 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 ਚੱਲ, ਤੁਰ ਪਿਆ 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 ਮਿੱਤਰੋਂ, ਛੇਤੀ ਚੱਲ ਬਾਈ, ਐਂ ਐਂ ਗੱਲ ਨਹੀਂ ਬਾਨੀ, ਐਂ ਗੱਲ ਨਹੀਂ ਬਾਨੀ, ਨਹੀਂ ਮਿੱਤਰੋਂ ਇੱਕ ਟਰੈਕਟਰ ਦਾ ਕੰਮ ਵੱਸਦਾ ਨਹੀਂ ਗਾ, ਆਪਾਂ ਐਂ ਕਰਦੇ ਹਾਂ ਜਲਦੀ ਜਲਦੀ ਸੰਗਲ ਪਾਉਂਦੇ ਹਾਂ ਹੋਲੈਂਡ ਮਗਰ ਵੀ, ਹੋਲੈਂਡ ਦੀ ਮਾਰ ਸੈਲਫ ਬਾਈ, ਛੇਤੀ 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 ਫੁਰਤੀ ਵਾਲਾ ਕੰਮ ਹੈ ਇਹ, ਲਓ ਵੀ ਮਿੱਤਰੋਂ ਹੁਣ ਪਤਾ ਲੱਗੂਗਾ ਮਾੜਾ ਮਾੜਾ ਸੰਗਲ ਜਿਹਾ ਪਾਲ ਗਏ, ਚਲੋ ਬਾਈ ਪੈ ਗਿਆ ਸੰਗਲ, ਵਾਹਿਗੁਰੂ ਬਾਬਾ ਜੀ, ਬਣ ਜੇ ਗੱਲ ਫੁੱਲ, ਇਹ ਦੋਨੇ ਟਰੈਕਟਰ ਸਟਾਰਟ ਆ, ਚੱਲ ਝੋਟਿਆ ਬਾਈ, ਚਲੋ 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 ਚਲੋ, ਖਿੱਚ ਲੈ ਮੇਰਾ ਬਾਈ, ਖਿੱਚ ਲੈ ਮਿੱਤਰੋਂ, ਹੋਲੈਂਡ ਵੀ ਦਬੀ ਜਾਂਦਾ ਪਤਾ ਨਹੀਂ ਮਿੱਤਰੋਂ ਕੀ ਚੱਕਰ ਬਣ ਗਿਆ ਬਾਈ, ਖਿੱਚ ਲੈ ਮੇਰਿਆ ਗੁਰੂਆ, ਖਿੱਚ ਲਓ ਬਾਈ ਇੱਦਾਂ ਤਾਂ ਬਾਈ ਉਹ ਇਕੱਲਾ ਹੀ ਖਿੱਚੀ ਜਾਂਦਾ ਸੀ ਬਾਈ, ਇਕੱਲਾ ਸਹੀ ਖਿੱਚੀ ਜਾਂਦਾ ਬਾਈ, ਦੋ ਟਰੈਕਟਰ ਮਿਲ ਕੇ ਤਾਂ ਆਪਸ 'ਚ ਮੈਂ ਕਹਿੰਦਾ ਨਾ ਕੜਮਾਸੀ ਮਚਾ ਰਿਹਾ, ਐਂ ਕਰਦਾ ਹੋਲੈਂਡ ਨੂੰ ਲਾਉਂਦੇ ਆ ਪਾਸੇ, ਹੋਲੈਂਡ ਨਾਲ ਨਾ ਆਪਾਂ ਹੁਣ ਸੰਗਲ ਪਾਇਆ ਇਹਦੇ ਮਗਰੋਂ ਲਾਉਣਾ ਨਹੀਂ, ਇਹਦੇ ਨਾਲ ਆਪਾਂ ਕੰਟੇਨਰ ਕੰਟੂਨਰ ਵੀ ਖਿੱਚਣੇ ਆ, ਮਿੰਟੋ ਮਿੰਟੀ ਮਿੱਤਰੋਂ ਖਿੱਚਾਂ ਮੈਂ ਆ ਮਿੱਤਰੋਂ, ਉਹ ਡਾਇਨਾਸੌਰ ਦਾ ਦਬੀ ਜਿਹਾ ਜਾਂਦਾ ਸੀ, ਮੈਂ ਕਹਿੰਦਾ ਆਹ ਨਹੀਂ ਦੱਬਦਾ, ਇਹ ਨਹੀਂ ਦੱਬਦਾ ਮਿੱਤਰੋਂ, ਇਹ ਖਿੱਚੂਗਾ ਇਹ ਮਿੱਤਰੋਂ, ਡਾਇਨਾਸੌਰ ਇੱਕ ਹੋਰ ਆਪਣੇ ਕੋਲ 855 ਉਹਦਾ ਨਾਂ ਵੀ ਡਾਇਨਾਸੌਰ ਰੱਖਿਆ, ਇਹਦੇ ਵੇਟ ਬੂਟ ਪਾਏ ਹੋਏ, ਇਹਨੂੰ ਥੋੜ੍ਹਾ ਜਿਹਾ ਬਾਹਲਾ ਮੋਡੀਫਾਈ ਕੀਤਾ, ਥੋੜ੍ਹਾ ਜਿਹਾ ਨਹੀਂ ਬਾਹਲਾ ਮੋਡੀਫਾਈ ਆ, ਸਮਝ ਲਓ ਕਿ ਇਹ 4 ਸਿਲੰਡਰ ਹੈ, ਤੁਹਾਨੂੰ ਮੈਂ ਦਿਖਾ ਵੀ ਦਊਂਗਾ, ਇਹਦੇ ਪੰਪ ਵੀ ਹੋਰ ਹਿਸਾਬ ਦਾ ਲੱਗਾ ਵਾ ਬਾਈ, ਤੂੰ ਖਿੱਚੇ ਦੱਬਦਾ ਦੁੱਬਦਾ ਨਹੀਂ ਪਰ ਭਾਰਾ ਬਹੁਤ ਹੈ ਮਿੱਤਰੋਂ, ਦੇਖੋ
ਅੱਗਾ ਚੁਕਾਇਆ ਪਿਆ ਵੇਟ ਨੇ ਪੂਰਾ ਬਾਈ। ਹਾਏ ਹੋਏ ਕਹਿੰਦੇ ਕਿਆ ਬਾਤ ਹੈ ਮਿੱਤਰੋ, ਜ਼ੋਰ ਹੀ ਬੜਾ ਲੱਗੀ ਜਾਂਦਾ। ਚੱਲ 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 ਮੇਰਾ ਬਾਈ, ਖਿੱਚ ਕੇ ਤੋਰ ਲਾ। ਦੇਖੋ ਮਿੱਤਰੋ ਤੁਰ ਪਿਆ ਤੇ ਕਹਿੰਦੇ ਆਹ ਕੀ ਹੋ ਗਿਆ ਬਾਈ, ਇਹਨੂੰ ਪਾਸੇ ਕਰੀਏ ਮਾੜਾ ਜਿਹਾ ਬਾਈ। ਇੱਥੇ ਕੜਮਾਸ ਨਹੀਂ ਬਚਾਉਣਾ ਸੀਗਾ ਬਾਈ, ਇਹਨੂੰ ਸਾਰੇ ਨੂੰ ਕਲੀਅਰ ਕਰੀਏ ਮਿੱਤਰੋ, ਸਾਰੇ ਨੂੰ ਕਲੀਅਰ ਕਰੀਏ, ਕਿਉਂਕਿ ਆਰ ਪੀ ਐਮ ਬਾਲੇ ਫੜਦਾ ਉਹ ਟਰੈਕਟਰ, ਤਾਂ ਕਰਕੇ ਫਿਰ ਜ਼ੋਰ ਬਾਲਾ ਮਾਰਦਾ। ਲਓ ਵੀ ਮਿੱਤਰੋ ਬੈਰੀਗੇਡ ਜੇ ਕਹਿੰਦੇ ਲੈ ਆਇਆ ਪੱਟ ਕੇ, ਪਰ ਕਹਿੰਦੇ ਕਿੱਧਰ ਨੂੰ ਟੰਗਿਆ ਗਿਆ ਬਾਈ। ਚਲੋ ਬਾਈ ਵਾਹ, ਬਹੁਤ ਆ। ਆਹ ਬੈਰੀਗੇਡ ਕਰਤਾ ਪਾਸੇ, ਦੂਜੇ ਵੀ ਮਿੰਟੋ ਪਾਸੇ ਕਰੀਏ ਬਾਈ। ਮਿੱਤਰੋ ਸਾਰੇ ਬੈਰੀਗੇਡ ਜੇ ਖਿੱਚਤੇ ਤੇ ਆਹ ਪਹਿਲਾਂ ਤਾਂ ਇਹਦੀ ਵਿਛਾਰ ਜੀ ਬੰਦ ਕਰੀਏ। ਮਿੱਤਰੋ ਕਿੱਥੋਂ ਹੋਊਗੀ ਵਿੱਚੋਂ ਕੋਈ ਬਟਨ ਬੁਟਨ ਹੈ ਕੋਈ? ਆਹ ਲਾਲ ਜਿਹਾ ਬਟਨ ਨਹੀਂ ਲੱਗਦਾ ਇਹ, ਆਓ ਚੱਕੋ। ਹੋ ਗਿਆ ਬੰਦ ਮਿੱਤਰੋ, ਹੋ ਗਿਆ। ਇਹਨੂੰ ਐਂ ਕਰਦੇ ਹਾਂ ਆਪਾਂ, ਇਹਨੂੰ ਗਾਹ ਨੂੰ ਤੋਰੀਏ, ਇੱਧਰ ਨੂੰ ਤਾਂ ਤੋਰਨਾ ਮਿੱਤਰੋ ਇਹ, ਇੱਕ ਮਿੰਟ ਇੱਧਰ ਨੂੰ ਖੜ ਜਾਓ ਮਿੱਤਰੋ। ਲੱਗਦਾ ਕੁਛ ਇੱਧਰ ਪਿਆ ਵਾ, ਪਿਆ ਉਹ ਤੇਰੀ ਪੱਲੇ ਡਰੋਨ ਪਿਆ ਮਿੱਤਰੋ, ਇਹਨੂੰ ਤਾਂ ਚੱਕ ਕੇ ਮੈਂ ਇੱਧਰ ਸੁੱਟਦਾ ਇਹ ਹੈ। ਚੱਲ ਇਹਦਾ ਗਿਆ ਨਹਿਰ 'ਚ ਮਿੱਤਰੋ, ਗਿਆ ਸਰਕਾਰ ਦਾ 5 ਲੱਖ ਮਿੱਤਰੋ। ਇਹਨੂੰ ਸੰਗਲ ਪੈਂਦਾ ਨਹੀਂ ਪਿਆ, ਤਾਂ ਕਰਕੇ ਮੈਂ ਪੰਗਾ ਨਹੀਂ ਲੈ ਰਿਹਾ। ਅਤੇ ਇੱਕ ਵਾਰੀ ਮਾੜਾ ਜਿਹਾ ਦੇਖੀਏ, ਮਾੜਾ ਜਿਹਾ ਟਰਾਈ ਕਰਕੇ ਦੇਖੀਏ ਇਹਨੂੰ। ਆ ਫਾਇਰ ਟਰੱਕ ਜਾ ਵੀ ਹੁਣ ਕਹਿੰਦੇ ਕਿਸਾਨਾਂ ਦਾ ਹੋ ਗਿਆ ਮਿੱਤਰੋ। ਉਹ ਤੇਰੀ ਧੱਕੀ ਦਾ ਮਿੱਤਰੋ ਟਰੈਕਟਰ 'ਚ ਜਾਣ ਤਾਂ ਹੈ ਥੋੜ੍ਹਾ ਜਿਹਾ, ਬਸ ਇੱਕ ਲੰਘਾ, ਅੱਧਾ ਕੁ ਲੰਘਾ ਵੀ ਬਣ ਗਿਆ ਨਾ ਕਿ ਟਰਾਲੀਆਂ ਲੰਘਦੀਆਂ ਹੋ ਗਈਆਂ, ਗੱਲਬਾਤ ਸਿਰਾ ਹੀ ਹੋਜੂ। ਚਲੋ ਬਾਈ ਹੁਣ ਟਰਾਲੀਆਂ ਲੰਘਦੀਆਂ ਹੋ ਜਾਣਗੀਆਂ ਮਿੱਤਰੋ, ਕਿਆ ਬਾਤ ਹੈ। ਫਾਇਰ ਟਰੱਕ ਦੇ ਪਾਸੇ ਕਰ ਦਈਏ ਫਾਇਰ ਟਰੱਕ ਮਿੱਤਰੋ, ਅੱਗ ਬੁਝਾਉਣ ਵਾਲਾ ਵੇਖ ਲਓ ਮਿੱਤਰੋ, ਕਿਸਾਨਾਂ ਦੀ ਅੱਗ ਬੁਝਾਉਣ ਨੂੰ ਫਿਰਦਾ। ਲਾਓ ਵੀ ਮਿੱਤਰੋ ਛੱਟੀਆਂ ਪੱਤੀਆਂ ਜੀਆਂ ਆਪਾਂ ਵੀ ਫਿਰ, ਕਿਆ ਬਾਤ ਹੈ ਬਾਈ, ਸਿਰਾ ਲੱਗਦਾ ਪਿਆ ਇਹਨੂੰ ਲਾ ਦਈਏ ਇੱਧਰ। ਇਹ ਵਧੀਆ ਮਿੱਤਰੋ ਟਰੈਕਟਰ ਧੋਣ ਦੇ ਕੰਮ ਆਇਆ ਕਰੂਗਾ। ਆਹ ਦੇਖੋ ਬੈਰੀਗੇਡ ਦਾ ਪਿਆ ਹੈ, ਉਹ ਤੇਰੀ ਆਹ ਕੀ ਹੋ ਗਿਆ ਮਿੱਤਰੋ। ਆਹ ਮਸ਼ੀਨ ਜੀ ਆਪਾਂ ਨੂੰ ਚਲਾਉਣੀ ਨਹੀਂ ਆਉਂਦੀ ਹੈਗੀ, ਪਰ ਵਿੱਚ ਚਾਬੀ ਸੀਗੀ, ਸਟਾਰਟ ਕਰ ਲਿਆ ਮਿੱਤਰੋ ਸਿਰਫ ਮਾਰ ਕੇ, ਅਤੇ ਥੋੜ੍ਹਾ ਜਿਹਾ ਰਾਹ ਹੋਰ ਖਾਲੀ ਕਰ ਦਿਆ। ਉਹ ਤੇਰੀ ਓਏ ਜਾਣ ਤਾਂ ਵਾਹਵਾ ਇਹ 'ਚ ਟਰੱਕ ਜੇ 'ਚ, ਓਏ ਜਾਣ ਵਾਹਵਾ ਮਿੱਤਰੋ। ਐਂ ਕਰਦੇ ਹਾਂ ਇਹਨੂੰ ਹੁਣ ਕਰ ਦਈਏ ਪਾਸੇ ਅਤੇ ਤੋਰ ਗਏ ਮੂਹਰੋਂ, ਇੱਕ ਟਰੈਕਟਰ ਤੋਰ ਗਏ ਬਾਬੇ ਦਾ ਆਸ਼ਾ, ਉਦੋਂ ਬਾਅਦ ਮਗਰ ਸਾਰੇ ਆ ਜਾਣੇ ਆ। ਆਹ ਦੇਖੋ ਜਾਂਦਾ ਬਾਬੇ ਦਾ ਆਸ਼ਾ ਬੁੱਕਦਾ, ਕਹਿੰਦੇ ਕਿਆ ਬਾਤ ਹੈ ਮਿੱਤਰੋ, ਕਿਆ ਬਾਤ ਹੈ। ਆ ਜਾਓ ਬਾਈ ਸਾਰੇ ਆ ਜਾਓ ਬਾਈ। ਮਿੱਤਰੋ ਬਹੁਤ ਬਹੁਤ ਧੰਨਵਾਦ ਆ ਸਾਰੀ ਵੀਡੀਓ ਦੇਖਣ ਦੇ ਵਾਸਤੇ, ਅਤੇ ਤੁਹਾਨੂੰ ਮੈਂ ਜ਼ਰੂਰ ਕਹੂੰਗਾ ਕਿ ਜਾ ਕੇ ਉਹ ਵੀਡੀਓ ਦੇਖੋ, ਤਾਂ ਕਿ ਪਤਾ ਲੱਗੇ ਸਕੇ ਕਿ ਆਪਣੀਆਂ ਮੰਗਾਂ ਕੀ ਹੈ। ਅਤੇ ਉਹਦੇ 'ਚ ਇੱਕ ਮੰਗ ਮੈਂ ਹੋਰ ਐਡ ਕਰਦਾ ਕਿ ਸ਼ੁਭ ਕਰਨ ਵਿਚਾਰੇ ਨੂੰ ਜਿਹਨੂੰ ਸ਼ਹੀਦ ਕੀਤਾ ਗਿਆ ਪੁਲਿਸ ਵੱਲੋਂ ਗੋਲੀ ਮਾਰ ਕੇ, ਪੈਰਾਮਿਲਟਰੀ ਫੋਰਸ ਵੱਲੋਂ ਸੋਰੀ, ਅਤੇ ਪਤਾ ਨਹੀਂ ਉਹ ਸੀਗੇ ਵੀ ਕਿ ਨਹੀਂ, ਸਿਵਲ ਵਰਦੀ ਦੇ ਵਿੱਚ ਸੀਗੇ ਉਹ। ਅਤੇ ਆਪਾਂ ਇਹ ਕਹਿਣਾ ਚਾਹਾਂਗੇ ਕਿ ਬਈ ਪੰਜਾਬ ਸਰਕਾਰ ਨੂੰ ਐਟਲੀਸਟ FIR ਤਾਂ ਕਰੋ, ਠੀਕ ਹੈ FIR ਤਾਂ ਦਰਜ ਕਰੋ, ਉਦੋਂ ਬਾਅਦ ਦੀ ਜਿਹੜੀ ਕਾਰਵਾਈ ਹੋਊਗੀ ਬਾਅਦ 'ਚੋਂ ਦੇਖੀ ਜਾਊਗੀ। ਅਤੇ ਲਓ ਵੀ ਮਿੱਤਰੋ ਆ ਜਾਣੇ ਹੁਣ ਸਾਰਿਆਂ ਨੇ, ਕਿਆ ਬਾਤ ਹੈ ਬਈ, ਕਿਆ ਬਾਤ ਹੈ। ਸੋ ਬਹੁਤ ਬਹੁਤ ਧੰਨਵਾਦ ਮਿੱਤਰੋ, ਮਿਲਦਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਬਾਏ। ਮੁੰਡੇ ਸਿਰ ਨਹੀਂ ਝੁਕਾਉਂਦੇ ਮਾਰਨਾ ਮਨਜ਼ੂਰ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ, ਕੰਮ ਹੌਲੀ ਹੌਲੀ ਕਰਾਂ ਕਰ ਦਾਣਾ ਅਣਗਹਿਲੀ, ਮੁੰਡਾ ਪੱਟਿਆ ਰੱਖਾਂ ਨੇ ਤੇਰੀ ਨੋਜ਼ ਪੈਨ ਦਾ, ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨਹੀਂ ਮੈਂ ਬੋਲਦਾ, ਨਹੀਂ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।